ਸਸ਼ਿਕਾ ਜੀ ਮੈਰੀ ਨਾਲ ਹੀ ਮਾਂ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਸਰਪੰਚੀ ਦੀਆਂ ਚੋਣਾਂ ਦੀ ਜੇਕਰ ਗੱਲ ਕਰ ਲਈ ਜਾਵੇ ਤੁਹਾਨੂੰ ਵੀ ਪਤਾ ਕਿ ਇਸ ਵਾਰ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਕਾਫੀ ਖਾਸ ਰਹੀਆਂ ਨੇ ਦੂਜੇ ਪਾਸੇ ਇੱਕ ਨਵੇਂ ਬਣੇ ਸਰਪੰਚ ਦੀ ਵੀਡੀਓ ਜੋ ਕਿ ਸੀਰਾ ਸਰਪੰਚ ਬਾਜੇ ਖਾਨੇ ਦਾ ਉਸ ਦੀ ਵੀਡੀਓ ਇੱਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਕੁ ਜ਼ਿਆਦਾ ਵਾਇਰਲ ਹੋਈ ਸੀ ਕਿ ਲੋਕਾਂ ਨੇ ਆਪਣੇ ਸਟੇਟਸ ਤੱਕ ਉਸ ਵੀਡੀਓ ਨੂੰ ਲਗਾਏ ਗਏ ਸੀ ਆਖਰੀ ਉਸ ਵੀਡੀਓ ਦੇ ਵਿੱਚ ਕੀ ਖਾਸ ਜਿਹੜਾ ਕਿ ਲੋਕਾਂ ਨੂੰ ਲੱਗਿਆ ਕਿ ਲੋਕਾਂ ਨੇ ਚੱਕ-ਚੱਕ ਕੇ ਆਪਣੀ ਸਟੇਟਸਾਂ ਤੱਕ ਵੀ ਉਸ ਵੀਡੀਓ ਨੂੰ ਜਿਹੜਾ ਕਿ ਪਾਇਆ ਹੋਇਆ ਸੀ ਤਾਂ ਇਸ ਜੋੜੀ ਨੂੰ ਬਿਆਹ ਦਾ ਜਿਹੜਾ ਕਿ ਪਿਆਰ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਲਗਾਤਾਰ ਹੁਣ ਇਸ ਸਰਪੰਚ ਦੀ ਆਪਣੀ ਧਰਮ ਪਤਨੀ ਦੇ ਨਾਲ ਨੱਚਲ ਵਾਲੀਆਂ ਨਵੀਆਂ ਤੋਂ ਨਵੀਆਂ ਵੀਡੀਓਜ਼ ਜਿਹੜੇ ਕਿ ਸਾਹਮਣੇ ਆ ਰਹੀਆਂ ਨੇ ਕਹਿ ਸਕਦੇ ਹਾਂ ਕਿ ਹਲੇ ਤੱਕ ਸਰਪੰਚੀ ਦਾ ਜਿਹੜਾ ਚਾਇਆ ਸੀਰਾ ਸਰਪੰਚ ਦਾ ਹਲੇ ਨਹੀਂ ਘਟਿਆ ਜਿਸ ਦੇ ਮੱਦੇ ਨਜ਼ਰ ਆਪਣੀਆਂ ਪਤਨੀ ਦੇ ਨਾਲ ਨੱਚਣ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਜਿਹੜੇ ਕਿ ਸਾਹਮਣੇ ਆ ਰਹੀਆਂ ਨੇ ਪਹਿਲਾਂ ਤੁਸੀਂ ਜਿਹੜੇ ਕਿ ਸੀਰਾ ਸਰਪੰਚ ਜੀ ਜਦੋਂ ਨਵਾਂ-ਨਵਾਂ ਸਰਪੰਚ ਬਣ ਕੇ ਆਪਣੇ ਘਰ ਪਹੁੰਚਿਆ ਸੀ ਤਾਂ ਉਸ ਵਕਤ ਦੀ ਇੱਕ ਵੀਡੀਓ ਜਿਹੜੀ ਕਿ ਸਾਹਮਣੇ ਹੈ ਇਸ ਜਿਸ ਦੇ ਵਿੱਚ ਉਹ ਰੰਗਾਂ ਦੇ ਨਾਲ ਰੰਗੇ ਹੋਏ ਸੀ ਤੇ ਦੂਜੇ ਪਾਸੇ ਉਸ ਦੀ ਜਿਹੜੀ ਕਿ ਧਰਮ ਪਤਨੀ ਹੈ ਜਿਹੜਾ ਕਿ ਗੁਲਾਬੀ ਤੇ ਲਾਲ ਰੰਗ ਦੇ ਦਾ ਸੂਟ ਪਾ ਕੇ ਉਹ ਨੱਚਦੀ ਜਿਹੜੀ ਨਜ਼ਰ ਆਈ ਇਹ ਵੀਡੀਓ ਕਾਫੀ ਜਿਹੜੀ ਕਿ ਵਾਇਰਲ ਹੋਈ ਸੀ ਲੱਖਾਂ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਕਾਫੀ ਪਿਆਰ ਜਿਹੜਾ ਕਿ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਆ ਤੁਸੀਂ ਹੁਣ ਲਾਲ ਸੂਟ ਵਾਲੀ ਜਿਹੜੀ ਕਿ ਵੀਡੀਓ ਦੇਖੀ ਸੀ ਸੀਰਸ ਸਰਪੰਚ ਦੀ ਉਸਦੀ ਪਤਨੀ ਦੇ ਨਾਲ ਤਾਂ ਇੱਕ ਹੋਰ ਜਿਹੜੀ ਵੀਡੀਓ ਨਵੀਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਦੋਵੇਂ ਮੀਆਂ ਬੀਬੀ ਬੜੀ ਖੁਸ਼ੀ ਦੇ ਨਾਲ ਨੱਚਦੇ ਜਿਹੜੇ ਕਿ ਨਜ਼ਰ ਆ ਰਹੇ ਨੇ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਹਾਲੇ ਤੱਕ ਵੀ ਸੀਰੇ ਸਰਪੰਚ ਦਾ ਸਰਪੰਚ ਦਾ ਜਿਹੜਾ ਚਾਹ ਆ ਉਹ ਹਾਲੇ ਤੱਕ ਵੀ ਜਿਹੜਾ ਨਹੀਂ ਲੱਥਿਆ ਜਿੱਦਾਂ ਚੱਲਦੇ ਲਗਾਤਾਰ ਨੱਚਦੇ ਟੱਪਦੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਹੀਆਂ ਨੇ ਇਸ ਨੂੰ ਕਹਿੰਦੇ ਆ ਕਿ ਬਹੁਤ ਜ਼ਿਆਦਾ ਚਾਹ ਆ ਜਿਹੜਾ ਕਿ ਹਾਲੇ ਤੱਕ ਜਿਹੜਾ ਕਿ ਇਹ ਉਤਰਿਆ ਨਹੀਂ ਲਗਾਤਾਰ ਨੱਚਣ ਵਾਲੀਆਂ ਜਿਹੜੀਆਂ ਵੀਡੀਓਜ਼ ਅਵੈਰਲ ਲੋਰੀਆਂ ਨੇ ਇੱਕ ਤੋਂ ਬਾਅਦ ਇੱਕ ਨਵੀਂ ਤੋਂ ਨਵੀਂ ਜਿਹੜੀ ਕਿ ਵੀਡੀਓ ਸਾਹਮਣੇ ਆ ਰਹੀਆ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਸੀ ਕਿ ਹਮਸਫਰ ਜਿਹੜਾ ਕਿ ਹੋਵੇ ਉਹ ਇਹੋ ਜਿਹਾ ਹੋਣਾ ਚਾਹੀਦਾ ਜੋ ਹਰ ਦੁੱਖ ਸੁੱਖ ਦੇ ਵਿੱਚ ਉਸ ਦਾ ਸਾਥ ਦੇਵੇ ਇਸ ਤਰੀਕੇ ਦੀਆਂ ਲਾਈਨਾਂ ਲਿਖ ਕੇ ਵੀ ਜਿਹੜੇ ਕਿ ਨਾ ਵੀਡੀਓਜ਼ ਨੂੰ ਜਿਹੜਾ ਹੋਰ ਵਾਇਰਲ ਕੀਤਾ ਜਾ ਰਿਹਾ ਸੀ ਠੀਕ ਹੈ ਹਮਸਫਰ ਸਭ ਦੇ ਚੰਗੇ ਹੋਣਗੇ ਕਿਤੇ ਕਿਤੇ ਤਾਰਾਂ ਜਿਹੜੀਆਂ ਕਿ ਗਲਤ ਪਿੱੜ ਗਈਆਂ ਹੋਣਗੀਆਂ ਪਰ ਮੋਸਟਲੀ ਦੇਖਿਆ ਜਾਂਦਾ ਕਿ ਹਮਸਫਰ ਸਭ ਦੇ ਹੀ ਚੰਗੇ ਨੇ ਪਰ ਇਸ ਵੀਡੀਓ ਨੂੰ ਇੰਨਾ ਕਿਉਂ ਪਿਆਰ ਦਿੱਤਾ ਜਾ ਰਿਹਾ ਕਿ ਲੋਕ ਵਾਰ-ਵਾਰ ਦੇਖ ਕੇ ਵੀ ਨਹੀਂ ਅੱਕ ਰਹੇ ਤੇ ਇਸ ਨੂੰ ਸਟੇਟਸਾਂ ਦੇ ਉੱਤੇ ਲਾਇਆ ਜਾ ਰਿਹਾ ਜਦੋਂ ਇੱਕ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਸੀਰੇ ਸਰਪੰਚ ਦੀਆਂ अनेका ਵੀਡੀਓਜ਼ ਜਿਹੜੇ ਕਿ ਨੱਚਣ ਵਾਲੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਨੇ ਤਾਂ ਹਲੇ ਤੱਕ ਵੀ ਸੀਰਾ ਸਰਪੰਚ ਆਪਣੀ ਧਰਮ ਪਤਨੀ ਦੇ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਉਸ ਦੀਆਂ ਵੀਡੀਓਜ਼ ਹੋਰ ਵੀ ਜਿਹੜੇ ਕਿ ਨਵੇਂ ਸੂਟਾਂ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਔਰ ਲੋਕਾਂ ਦੇ ਵੱਲੋਂ ਇਨਾ ਵੀਡੀਓਜ਼ ਨੂੰ ਵੀ ਪਿਆ ਦਿੱਤਾ ਜਾ ਰਿਹਾ ਹਾਲਾਂਕਿ ਉਹਨਾਂ ਦੇ ਸਰਪੰਚ ਨੂੰ ਲੈ ਕੇ ਜਿਹੜਾ ਕਿ ਰੌਲਾ ਦਾ ਜ਼ਰੂਰ ਪਿਆ ਸੀ ਜਿਹੜਾ ਵਿਰੋਧੀ ਧਿਰ ਦਾ ਉਮੀਦਵਾਰ ਸੀ ਇਲਜ਼ਾਮ ਜਿਹੜੇ ਲਗਾਏ ਗਏ ਸੀ ਪਰ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਵੀ ਸੀਰੇ ਸਰਪੰਚ ਦੀਆਂ ਖੁਸ਼ੀਆਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਬਲਕਿ ਆਪਣੀ ਧਰਮ ਪਤਨੀ ਦੇ ਨਾਲ ਹਲੇ ਵੀ ਬੇਹਦ ਖੁਸ਼ ਨਜ਼ਰ ਆ ਰਿਹਾ ਬਾਕੀ ਦੇਖਣਾ ਹੋਵੇਗਾ ਕਿ ਜਿੱਤ ਤਾਂ ਹਾਸਲ ਹੋ ਗਈ ਖੁਸ਼ੀ ਵੀ ਬੜੀ ਮਨਾਈ ਜਾ ਰਹੀ ਹੈ ਕਾਂ ਹੁਣ ਪਿੰਡ ਦੇ ਨੁਹਾਰ ਇਸ ਸਰਪੰਚ ਦੇ ਵੱਲੋਂ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼